ਲਓ ਬਈ ਦੋਸਤੋ, ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਬੈਂਸ ਵੱਲੋਂ ਕੈਲੀਫੋਰਨੀਆ ਦੀ ਨਵੀਂ ਕਰਤੂਤ, ਇਹ ਗਾਲਾਂ ਕੱਢਣ ਵਾਲੀ ਕੈਲੀਫੋਰਨੀਆ ਵਾਲੀ ਜੱਟੀ ਨੇ ਨਵਾਂ ਕੀ ਕੰਮ ਕੀਤਾ ਤੁਹਾਨੂੰ ਮੈਂ ਦੱਸਦਾ। ਕੱਲ੍ਹ ਮੇਰੇ ਕੋਲ ਆਈ ਕਹਿੰਦੀ ਕੰਮ ਹੈ ਨਹੀਂ ਕੋਈ, ਇਹੋ ਜਿਹਾ ਕੰਮ ਦੱਸ ਜਿਹ 'ਚ ਕੰਮ ਵੀ ਨਾ ਕਰਨਾ ਪਵੇ ਕੁਛ, ਮਸ਼ਹੂਰੀ ਵੀ ਫੁੱਲ ਹੋਵੇ ਅਤੇ ਪੈਸੇ ਵੀ ਖੁੱਲ੍ਹੇ ਹੋਣ। ਉਹ ਮੈਂ ਕਿਹਾ ਕਰਨਾ ਕੀ ਆ ਫਿਰ, ਖੋਲ੍ਹ ਲਾ ਐਨ ਜੀ ਓ। ਬਸ ਉਹਨੇ ਦੋ ਚਾਰ ਬੱਚਿਆਂ ਨਾਲ ਗਰੀਬਾਂ ਨਾਲ ਫੋਟੋਆਂ ਖਿਚਵਾ ਕੇ ਐਨ ਜੀ ਓ ਖੋਲ੍ਹਤਾ ਅਤੇ ਖੁੱਲ੍ਹਾ ਫੰਡ ਆਉਣ ਡਿਆ। ਮੈਨੂੰ ਸਵੇਰ ਦੀ ਫੋਨ ਲਾ ਲਾ, ਥੈਂਕ ਯੂ ਕਹਿਣ ਦੀ, ਕਹਿੰਦੀ ਤੂੰ ਮੈਨੂੰ ਬਹੁਤ ਹੀ ਵਧੀਆ ਧੰਦਾ ਦੱਸਦਾ, ਫੰਡ ਹੀ ਫੰਡ ਤੁਰਿਆ ਆਉਂਦਾ, ਫੰਡ ਹੀ ਫੰਡ। ਦੇਖੀ ਹੁਣ ਕਿੱਦਾਂ ਮਜ਼ੇ ਲਊਗੀ ਕੈਲੀਫੋਰਨੀਆ ਵਾਲੀ ਜੱਟੀ, ਇਹਨੇ ਐਨ ਜੀ ਓ ਖੋਲ੍ਹਿਆ ਅਤੇ ਪੂਰੀ ਦੁਨੀਆ ਦੇ ਬੇਵਕੂਫਾਂ ਨੇ ਇਹਨੂੰ ਫੰਡ ਪਾਈ ਜਾਣਾ, ਇਹਨੇ ਫੋਟੋਆਂ ਖਿਚਾ ਖਿਚਾ ਲੋਕਾਂ ਨੂੰ ਦਿਖਾਈ ਜਾਣੀਆਂ, ਮੈਂ ਆਹ ਕਰਦਾ, ਮੈਂ ਉਹ ਕਰਦਾ, ਮੈਂ ਉਹ ਕਰਦਾ, ਮੈਂ ਉਹ ਕਰਦਾ, ਅਤੇ ਫੰਡ ਖਾਈ ਜਾਣਾ। ਅਤੇ ਜਿਹੜੇ ਫੰਡ ਦੇਣ ਵਾਲੇ ਆ ਉਹਨਾਂ ਨੂੰ ਮੇਰੀ ਇੰਨੀ ਕੁ ਸਲਾਹ ਆ ਵੀ ਜਿਹੜਾ ਤੁਸੀਂ ਇੰਨਾ ਅੰਨੇ ਵਾਹ ਲੋਕਾਂ ਨੂੰ ਐਨ ਜੀ ਓ ਨੂੰ ਫੰਡ ਦਿੰਦੇ ਆ, ਜਿੱਦਾਂ ਬੈਂਸ ਵਲੋਗ ਹੁਣ ਕਰਨ ਡੀ ਆ, ਇਹੋ ਜਿਹਾ ਕਈ ਵਲੋਗ ਆ ਜਿਹਨਾਂ ਨੂੰ ਫੰਡ ਦਿੰਦੇ ਆ, ਉਹ ਜਿਹੜਾ ਫੰਡ ਤੁਸੀਂ ਦੇਣਾ ਇੱਦਾਂ ਉਹ ਤੁਹਾਡੇ ਲਾਗੇ ਪਾਸੇ ਕੋਈ ਗਰੀਬ ਹੁੰਦਾ ਉਹਦੀ ਬੇਟੀ ਦਾ ਵਿਆਹ ਕਰ ਦਿਓ, ਕਿਸੇ ਗਰੀਬ ਦੀ ਐਜੂਕੇਸ਼ਨ ਦੇ ਦਿਓ, ਕਿਸੇ ਗਰੀਬ ਕਿਸਾਨ ਦਾ ਕਰਜ਼ਾ ਲਾ ਦਿਓ, ਕੋਈ ਆਪਣੇ ਸਕੂਲ 'ਚ ਕੋਈ ਲਾਇਬ੍ਰੇਰੀ ਖੋਲ੍ਹ ਦਿਓ, ਕੋਈ ਸਕੂਲ ਗਰੀਬਾਂ ਵਾਸਤੇ ਖੋਲ੍ਹ ਦਿਓ, ਅਤੇ ਤੁਸੀਂ ਇੱਦਾਂ ਫੰਡ ਦੇਈ ਜਾਂਦੇ ਆ। ਜਿੱਦਾਂ ਬੈਂਸ ਵਲੋਗ ਕੈਲੀਫੋਰਨੀਆ ਮੈਨੂੰ ਫੋਨ ਲਾ ਕੇ ਉਹਦਾ ਕੀ ਕਹਿੰਦੀ ਆ, ਕਹਿੰਦੀ ਮਾਲ ਪਾਣੀ ਖੁੱਲ੍ਹਾ ਆ ਰਿਹਾ ਵਾ, ਹੋਰ ਦਿਮਾਗ ਲਾ, ਹੋਰ ਧੰਦਾ ਵਧਾਈਏ, ਤਾਂ 25% ਤੇਰਾ। ਮੈਂ ਫਿਰ ਫੋਨ ਲਾਇਆ, ਮੈਂ ਫੋਨ ਨਹੀਂ ਚੱਕਿਆ, ਫਿਰ ਮੈਸੇਜ ਕੀਤਾ, 25 ਮਨਜ਼ੂਰ ਨਹੀਂ 30 ਲੈ ਲਈ, ਪਰ ਮੇਰੀ ਹੈਲਪ ਕਰ, ਆਪਾਂ ਹੋਰ ਧੰਦਾ ਵਧਾਉਣਾ, ਫੰਡ ਇਕੱਠਾ ਕਰਨ ਦਾ ਮਜ਼ੇ ਲੈਣੇ ਆ। ਇਹੋ ਇੱਕ ਸਭ ਤੋਂ ਵਧੀਆ ਇਸ ਟਾਈਮ ਮਾਰਕੀਟ 'ਚ ਤੋਂ ਧੰਦਾ ਆ, ਐਨ ਜੀ ਓ ਖੋਲ੍ਹ ਲਓ, ਫੰਡ ਇਕੱਠਾ ਕਰੋ, ਮਜ਼ੇ ਲਓ, ਆਪਣੀ ਐਡਵਰਟਾਈਜ਼ ਕਰੋ। ਅਤੇ ਮੈਂ ਇਹੋ ਕਹਿੰਦਾ ਵੀਰਾਂ ਨੂੰ, ਆਪਣਿਆਂ ਨੂੰ, ਜੋ ਵੀ ਦੁਨੀਆ 'ਚ ਬੈਠੇ ਆ, ਵੱਡੇ ਵੱਡੇ ਦਾਨੀ ਸੱਜਣ, ਡਾਇਰੈਕਟ ਕਿਉਂ ਨਹੀਂ ਕਰਦੇ? ਬਹੁਤ ਗਰੀਬ ਲੋਕ ਆ, ਗਰੀਬਾਂ ਦੀਆਂ ਧੀਆਂ ਵਿਆਹ ਸਕਦੇ ਹੋ, ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਸਕਦੇ ਹੋ, ਕਿਸੇ ਗਰੀਬ ਦਾ ਘਰ, ਕਿਸੇ ਦਾ ਕਰਜ਼ਾ, ਕਿਸੇ ਦਾ ਕੋਹ ਪਿੰਡ ਸਕੂਲ ਖੋਲ੍ਹ ਦਿਓ, ਦਰਖਤ ਲਾ ਦਿਓ, ਲਾਇਬ੍ਰੇਰੀ ਖੋਲ੍ਹ ਦਿਓ, ਕੋਈ ਗਰੀਬਾਂ ਨੂੰ ਗਾਰਡਨ ਖੋਲ੍ਹ ਦਿਓ। ਇਹ ਬਲੈਸ ਵਲੋਗ ਕੈਲੀਫੋਰਨੀਆ ਵਰਗੇ ਐਨ ਜੀ ਓ ਵਾਲਿਆਂ ਦੇ ਧੰਦਿਆਂ ਦੇ ਚੱਕਰ 'ਚ ਨਾ ਪਾਓ। ਬਸ ਮੇਰੀ ਇੰਨੀ ਕੁ ਬੇਨਤੀ ਆ ਜੀ, ਧੰਨਵਾਦ।